ਭੇਜਿਆ ਨਹੀਂ ਹੈਗਾ, ਇੱਕ ਡਰਾਮਾ ਕੀਤਾ ਟਵੀਟ ਰਾਹੀਂ ਕਿ ਮੈਂ ਪਹਿਲਾਂ ਇੱਕ ਮਹੀਨੇ ਪਹਿਲਾਂ ਜਿਹੜਾ ਸੀਗਾ ਉਹ ਦਿੱਤਾ ਸੀ ਰਾਹੁਲ ਗਾਂਧੀ ਨੂੰ ਅਸਤੀਫਾ ਅਤੇ ਹੁਣ ਮੈਂ ਮੁੱਖ ਮੰਤਰੀ ਨੂੰ ਭੇਜਾਂਗਾ, ਇਹ ਉਹਨੇ ਲਿਖਿਆ। ਬੜਾ ਅਫਸੋਸ ਹੈ ਕਿ ਇੰਨਾ ਸੀਨੀਅਰ ਲੀਡਰ ਕਹਾਉਣ ਵਾਲਾ ਪੰਜਾਬ ਦੇ ਵਿੱਚ ਮੰਤਰੀ ਪਦ 'ਤੇ ਬਿਰਾਜਮਾਨ ਇੱਕ ਲੀਡਰ, ਰਾਜ ਸਭਾ ਦੇ ਵਿੱਚ ਵੀ ਲੀਡਰ ਰਿਹਾ ਹੋਵੇ, ਪਾਰਲੀਮੈਂਟ ਦਾ ਮੈਂਬਰ ਵੀ ਰਿਹਾ ਹੋਵੇ, ਉਸ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਅਸਤੀਫਾ ਕਿਹਨੂੰ ਦੇਣਾ ਹੁੰਦਾ ਅਤੇ ਕਿਸ ਪ੍ਰਕਿਰਿਆ 'ਚ ਦੇਣਾ ਹੁੰਦਾ। ਪਹਿਲਾਂ ਉਹਨੇ ਜਿਹੜੀ ਗੱਲ ਕਹੀ ਹੈ ਕਿ ਰਾਹੁਲ ਗਾਂਧੀ ਨੂੰ ਮੈਂ ਅਸਤੀਫਾ ਦਿੱਤਾ, ਸਮਝ ਨਹੀਂ ਆਉਂਦੀ ਕਿ ਰਾਹੁਲ ਗਾਂਧੀ ਤਾਂ ਆਪ ਭੱਜਿਆ ਹੋਇਆ, ਉਹਨੇ ਤਾਂ ਆਪ ਪਾਰਟੀ ਤੋਂ ਅਸਤੀਫਾ ਦਿੱਤਾ। ਉਹ ਤਾਂ ਕਹਿੰਦਾ ਮੈਂ ਪ੍ਰਧਾਨ ਹੈ ਹੀ ਨਹੀਂ, ਮੈਂ ਪ੍ਰਧਾਨ ਰਹਿਣਾ ਨਹੀਂ। ਜਿਹੜਾ ਆਪ ਭਗੌੜਾ ਪਾਰਟੀ ਤੋਂ, ਜਿਹਨੇ ਆਪ ਅਸਤੀਫਾ ਦਿੱਤਾ ਹੋਇਆ ਪਾਰਟੀ ਤੋਂ, ਉਹਨੂੰ ਕਹਿੰਦਾ ਮੈਂ ਅਸਤੀਫਾ ਦਿੱਤਾ। ਸੈਕਿੰਡਲੀ, ਜੇ ਇਹਨੇ ਅਸਤੀਫਾ ਦੇਣਾ, ਕਹਿੰਦਾ ਮੈਂ ਮੁੱਖ ਮੰਤਰੀ ਨੂੰ ਅਸਤੀਫਾ ਹੁਣ ਦਿਆਂਗਾ, ਪਹਿਲਾਂ ਮੈਂ ਉਹਨੂੰ ਦਿੱਤਾ। ਜੇ ਦੇਣਾ ਫਿਰ ਇਹਨੂੰ ਅਪਰੋਚ ਕਰਨੀ ਚਾਹੀਦੀ ਹੈ ਅਸਤੀਫਾ ਦੇ ਕੇ ਪਹਿਲਾਂ ਗਵਰਨਰ ਦੇ ਕੋਲ, ਮੁੱਖ ਮੰਤਰੀ ਨੂੰ ਦੱਸ ਕੇ ਗਵਰਨਰ ਨੂੰ ਅਸਤੀਫਾ ਦੇਵੇ। ਜੇ ਜਦ ਤੱਕ ਇਹ ਗਵਰਨਰ ਨੂੰ ਅਸਤੀਫਾ ਨਹੀਂ ਦਿੰਦਾ, ਉਨੀ ਚਿਰ ਤੱਕ ਡਰਾਮਾ, ਕਿਉਂਕਿ ਹਮੇਸ਼ਾ ਅਸਤੀਫਾ ਜਿਹੜਾ ਗਵਰਨਰ ਸਾਹਿਬ ਕੋਲ ਜਾਂਦੇ ਔਰ ਗਵਰਨਰ ਕੋਲ ਦੇਵੇ, ਸਪੀਕਰ ਕੋਲ ਦੇਵੇ ਅਤੇ ਗਵਰਨਰ ਪਾਸ ਕਰੇ। ਹੁਣ ਇਹ ਲੋਕ ਕਰਦੇ ਨੇ ਜੀ ਡਰਾਮਾ। ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿੰਦਾ ਕਿਹੜਾ ਕੈਪਟਨ, ਉਹ ਪੰਜਾਬ ਦਾ ਕੈਪਟਨ ਹੋਏਗਾ, ਮੇਰਾ ਤਾਂ ਕੈਪਟਨ ਹੈ ਰਾਹੁਲ ਗਾਂਧੀ। ਸੋ ਇਹ ਤਾਂ ਉਹਨੂੰ ਲੀਡਰ ਹੀ ਨਹੀਂ ਮੰਨਦਾ ਪੰਜਾਬ ਦੇ, ਕਿਉਂਕਿ ਪਾਰਟੀ ਦਾ ਉਹਨਾਂ ਦਾ ਸਵਾਲ ਹੈ, ਮੈਂ ਤਾਂ ਨਹੀਂ, ਮੈਨੂੰ ਕਹਿਣਾ ਨਹੀਂ ਚਾਹੀਦਾ। ਲੇਕਿਨ ਜਿਸ ਵਿਅਕਤੀ ਨੂੰ ਮੰਨ ਨਹੀਂ ਰਿਹਾ, ਮਹੀਨਾ ਪਹਿਲਾਂ ਕਹਿੰਦਾ ਮੈਂ ਅਸਤੀਫਾ ਦਿੱਤਾ, ਉਹ ਦਿੱਤਾ ਕਿਹਨੂੰ ਹੈ, ਜਿਹੜਾ ਪਕੌੜਾ ਪਾਰਟੀ ਦਾ। ਸੋ ਇਹ ਇੱਕ ਡਰਾਮੇ ਕਰਦੇ ਆ, ਨਾ ਇਹਨਾਂ ਪ੍ਰੋਸੀਜਰ ਦਾ ਪਤਾ, ਨਾ ਇਹਨਾਂ ਨੂੰ ਪ੍ਰਕਿਰਿਆ ਦਾ ਪਤਾ। ਜੇ ਪ੍ਰਕਿਰਿਆ ਦਾ ਹੀ ਨਹੀਂ ਪਤਾ ਕਿ ਅਸਤੀਫਾ ਕਿੱਥੇ ਦਈਏ ਤਾਂ ਮਨਜ਼ੂਰ ਹੋਏਗਾ, ਇਹ ਸਭ ਲੋਕ ਇੱਕ ਇਹਨਾਂ ਦਾ ਆਪਸੀ ਸਿਆਸੀ ਡਰਾਮਾ।